ਪੰਜਾਬ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਟਰੱਕ ਯੂਨੀਅਨ ਅਤੇ ਗੁੱਟਬੰਦੀ ਦੇ ਹੰਗਾਮੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੇ। ਇੱਕ ਵਾਰ ਫਿਰ ਟਰੱਕ ਯੂਨੀਅਨ ਦੀ ਗੁੱਟਬੰਦੀ ਨੂੰ ਲੈ ਕੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ। ਫਾਜ਼ਿਲਕਾ ਦੇ ਕਾਂਗਰਸ ਮੁਖੀ ਨੇ ਜਿਨ੍ਹਾਂ ਲੋਕਾਂ ਦੇ ਸਿਰ ਤੇ ਹੱਥ ਰੱਖਿਆ ਤੇ ਯੂਨੀਅਨ ਦੀ ਕੁਰਸੀ ਤੇ ਬਿਠਾਇਆ ਸੀ, ਪੁਲਿਸ ਨੇ ਉਹਨਾਂ ਤੇ ਹੀ ਪਰਚੇ ਠੋਕ ਦਿੱਤੇ। ਜੀ ਹਾਂ, ਫਾਜ਼ਿਲਕਾ ਵਿੱਚ ਬੀਤੇ ਦਿਨੀ ਟਰੱਕ ਯੂਨੀਅਨ ਦੇ ਬਣਾਏ ਮੁਖੀ ਨਿਰੰਜਨ ਸਿੰਘ ਤੇ ਕਾਂਗਰਸੀ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਸੁੱਖਾ ਤੇ ਪੁਲਿਸ ਨੇ ਪਰਚੇ ਦਰਜ ਕੀਤੇ। ਸ਼ਿਕਾਇਤਕਰਤਾ ਨੇ ਉਹਨਾਂ ਦੇ ਦੋਸ਼ ਲਗਾਇਆ ਕਿ ਉਹਨਾਂ ਨੂੰ ਯੂਨੀਅਨ ਵੱਲੋਂ ਗੱਡੀਆਂ ਲੈ ਕੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਨਾਂ ਨੇ ਟਰੱਕ ਯੂਨੀਅਨ ਬਣਾਈ ਹੈ, ਇਹਦਾ ਪ੍ਰਧਾਨ ਪੰਮਾ ਨਾਲ ਉਹਦੇ ਸੁੱਖਾ ਵੀ ਹੈ। ਇਹ 8-10 ਦਿਨ ਤੋਂ ਸਾਨੂੰ ਕਹਿ ਰਹੇ ਨੇ ਵੀ ਸਾਡੇ ਕੋਲ ਗੱਡੀਆਂ ਲਓ, ਜਿਹੜੀਆਂ ਕਿ ਅਸੀਂ ਇਹਨਾਂ ਕੋਲ ਨਹੀਂ ਲਈਆਂ ਗੱਡੀਆਂ, ਅਤੇ ਕੈਪਟਨ ਸਾਹਿਬ ਨੇ ਟਰੱਕ ਯੂਨੀਅਨ ਭੰਗ ਪਹਿਲੇ ਹੀ ਕਰ ਚੁੱਕੇ ਨੇ। ਹੁਣ ਵੀ ਸਾਡੇ 'ਤੇ ਦਬਾਅ ਪਾ ਰਹੇ ਨੇ ਗੱਡੀਆਂ ਸਾਡੇ ਕੋਲ ਲਓ। ਇਹਨਾਂ ਨੇ ਸਾਡੀਆਂ ਗੱਡੀਆਂ 2-3 ਮਿਲਰ ਦੀਆਂ ਅਸੀਂ ਭਰੀਆਂ ਸੀ, ਜਿਹੜੇ ਰੋਕੀਆਂ ਇਹਨਾਂ ਨੇ, ਉਹਦੇ ਕਾਗਜ਼ ਖੋਹ ਲੈਣੇ, ਅਤੇ ਪੈਸਿਆਂ ਦੀ ਡਿਮਾਂਡ ਕੀਤੀ ਇਹਨਾਂ ਨੇ। 3,000 ਰੁਪਏ ਮੰਗਦੇ ਸੀ, ਪਰ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਅਤੇ ਉਹਨਾਂ ਨੇ ਸਾਨੂੰ ਪੇਪਰ ਵਾਪਸ ਲੈ ਤੇ, ਅਤੇ ਇਹ ਉਸ ਤੋਂ ਬਾਅਦ ਇਹ ਸਾਨੂੰ ਧਮਕੀ ਦੇ ਰਹੇ ਨੇ, ਸਾਡੇ ਸਟਾਫ ਨੂੰ ਵੀ ਦੇ ਰਹੇ ਨੇ, ਅਤੇ ਫਿਰ ਅਸੀਂ ਪੁਲਿਸ ਕੰਪਲੇਂਟ ਕੱਲ੍ਹ ਦੁਬਾਰਾ ਕੀਤੀ ਹੈ ਅਤੇ ਉਹਨਾਂ ਨੇ ਇਸ ਵਿਹਾਰ 'ਤੇ ਪਰਚਾ ਦਰਜ ਕੀਤਾ। ਅਤੇ ਸਾਨੂੰ ਉਮੀਦ ਹੈ ਵੀ ਅੱਗੋਂ ਵੀ ਕਾਰਵਾਈ ਕਰਨਗੇ ਪੁਲਿਸ ਦੀ ਜੋ ਬਣਦੀ ਹੈਗੀ ਹੈ, ਪਰ ਅੱਜ ਧਰਨਾ ਲੱਗਿਆ, ਉੱਥੇ ਇਹਨਾਂ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਕਿਸੇ ਦੀ। ਇਹਨਾਂ ਦਾ ਕੋਈ ਆਪਸੀ ਮੈਟਰ ਹੈ ਰਾਈਸ ਸੈਲਰ ਵਾਲਿਆਂ ਨਾਲ, ਉਹਦੇ ਸੰਬੰਧ ਵਿੱਚ ਜੋ ਸਾਨੂੰ ਕੰਪਲੇਂਟ ਹੈ ਅਸੀਂ ਕਾਰਵਾਈ ਕਰਤੀ ਹੈ, ਫਰਦਰ ਕਾਨੂੰਨ ਦੇ ਮੁਤਾਬਕ ਜੋ ਬਣਦੀ ਕਾਰਵਾਈ ਹੋਊਗੀ ਅਸੀਂ ਕਰਾਂਗੇ। ਭਰੋਸੇ ਹੀ ਲੈ ਲਿਆ ਗਿਆ ਜੀ? ਭਰੋਸੇ 'ਚ ਹੀ ਹੈ, ਹੁਣ ਭਰੋਸੇ ਤੋਂ ਬਾਹਰ ਤੁਹਾਡੇ ਤਾਂ ਹੀ ਉੱਠੇ ਹੈ, ਚੱਕ ਵੈਰੀਫਾਈ ਕਰਾਂਗੇ, ਜੋ ਅਸਲੀਅਤ ਹੋਊ ਕਾਨੂੰਨ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਪਰਚਾ ਹੋਣ ਤੋਂ ਬਾਅਦ ਟਰੱਕ ਚਾਲਕਾਂ ਨੇ ਫਾਜ਼ਿਲਕਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਦੇ ਪਿੱਛੇ ਕਾਂਗਰਸ ਮੁਖੀ ਦਾ ਹੀ ਹੱਥ ਹੈ, ਜਿਨ੍ਹਾਂ ਨੇ ਕਾਂਗਰਸ ਦੇ ਵਿਧਾਇਕ ਘੁਬਾਇਆ ਖਿਲਾਫ ਜਾ ਕੇ ਉਹਨਾਂ ਦੇ ਸਮਰਥਕਾਂ ਤੇ ਪਰਚਾ ਕਰਵਾਇਆ ਹੈ। ਸਾਨੂੰ ਕੋਈ ਸਾਡਾ ਹੱਕ ਨਹੀਂ ਦਿੱਤਾ ਜਾ ਰਿਹਾ, ਬਾਹਰ ਦੀਆਂ ਗੱਡੀਆਂ ਭਰਾਈਆਂ ਜਾ ਰਹੀਆਂ, ਜੇਕਰ ਅਸੀਂ ਉਹਨਾਂ ਨੂੰ ਕਹਿੰਦੇ ਸਾਡੀਆਂ ਗੱਡੀਆਂ ਭਰਾਓ, ਸਾਡੀਆਂ ਗੱਡੀਆਂ ਖਾਲੀ ਰਹਿੰਦੀਆਂ ਨੇ, ਅਤੇ ਅਸੀਂ ਰੋਕਣੇ ਆ ਅਤੇ ਕਹਿੰਦੇ ਤੁਹਾਡੇ ਪਰਚਾ ਕਰਾ ਦੇਣਾ, ਪਰਚਾ ਸਾਡੇ 'ਤੇ ਕਰਾ ਦਿੱਤਾ ਗਿਆ, ਉਸ ਕਰਕੇ ਅਸੀਂ ਧਰਨਾ ਲਾਇਆ ਗਿਆ, ਸਾਨੂੰ ਇਨਸਾਫ ਦਿੱਤਾ ਜਾਏ ਅਤੇ ਸਾਡਾ ਹੱਕ। ਇੱਥੋਂ ਦੇ ਜਿੰਨੇ ਵੀ ਸਾਡੇ ਟਰੱਕ ਆਪਰੇਟਰ ਭਰਾ ਨੇ ਸਾਰੇ ਭੁੱਖੇ ਮਰ ਰਹੇ ਨੇ, ਬਾਹਰ ਦੀਆਂ ਗੱਡੀਆਂ ਛੱਲਣ ਵਾਲੇ ਸੇਠ ਬੰਦੇ ਨੇ ਧੱਕਾ ਕਰ ਰਹੇ ਨੇ, ਧੱਕੇ ਨਾਲ ਭਰਾ ਰਹੇ ਨੇ, ਇਸ ਕਰਕੇ। ਤੁਹਾਡੇ 'ਤੇ ਕਿੰਨੇ ਨੇ ਪਰਚਾ ਕਰਾਇਆ? ਸਾਡੇ 'ਤੇ ਰੰਜਮ ਕਮਰੇ ਨੇ ਅਤੇ ਆਪਣਾ ਅਨੂ ਤੋੜੀਏ ਨੇ। ਕਿੰਨੇ ਬੰਦਿਆਂ ਦੇ ਪਰਚਾ ਦਰਜ ਹੋਇਆ? ਸਾਡੇ 2 ਬੰਦਿਆਂ ਦੇ ਪਰਚਾ ਹੋਇਆ ਜੀ, ਬਾਕੀ ਆਣ ਪਛਾਤੇ ਕਹਿੰਦੇ ਸੀ। ਕੀ ਕਹਿ ਕੇ ਪਰਚਾ ਦਰਜ ਕਰਾਇਆ ਉਹਨਾਂ ਨੇ? ਪਰਚਾ ਸਾਡੇ ਨਾਲ ਤਾਂ ਕੋਈ ਗੱਲਬਾਤ ਵੀ ਨਹੀਂ ਹੋਈ, ਨਾ ਹੀ ਅਸੀਂ ਕੋਈ ਕਿਸੇ ਦੀ ਉਹਨਾਂ ਦੀ ਗੱਡੀ ਰੋਕੀ ਹੈ, ਕਹਿੰਦੇ ਇਹਨਾਂ ਨੇ ਗੱਡੀਆਂ ਰੋਕੀਆਂ, ਧੱਕਾ ਕੀਤਾ, ਸਾਨੂੰ ਸਾਬਤ ਕਰਨ ਵਿੱਚ ਅਸੀਂ ਕੀਤਾ, ਮੈਂ ਅਤੇ ਸੁੱਖਾ ਸਿੰਘ ਨੇ, ਫਿਰ ਅਸੀਂ ਸਾਡੇ ਜੋ ਕਾਰਵਾਈ ਬਣਦੀ ਕਰਨ, ਪਰ ਅਸੀਂ ਐਵੇਂ ਬਗੈਰ ਕਾਰਵਾਈ ਨਹੀਂ ਕਰਵਾਉਣੀ, ਨਾ ਅਸੀਂ ਪਰਚਾ ਕਰਵਾਉਣਾ। ਪਰਚਾ ਸਾਡੇ 'ਤੇ ਕੈਂਸਲ ਕੀਤਾ ਜਾਵੇ, ਜੋ ਸਾਡੀਆਂ ਗੱਡੀਆਂ ਸ਼ਹਿਰ ਦੀਆਂ ਉਹਨਾਂ ਨੂੰ ਕੰਮ ਦਿੱਤਾ ਜਾਵੇ, ਬਾਹਰ ਦੀ ਗੱਡੀ ਅਸੀਂ ਨਹੀਂ ਭਰਨ ਦਿਆਂਗੇ, ਅਤੇ ਚਾਹੇ 1 ਪਰਚਾ ਕਰਾਉਣ ਚਾਹੇ 10 ਕਰਾਉਣ। ਸਾਡੇ ਸ਼ਹਿਰ ਦੇ ਜਿੰਨੇ ਵੀ ਲੋਕਲ ਬੰਦੇ ਆਪਰੇਟਰ ਆ ਸਾਰੇ ਭੁੱਖੇ ਮਰ ਰਹੇ ਆ, ਤੁਸੀਂ ਪਤਾ ਕਰਾ ਸਕਦੇ ਹੋ ਕਿ ਗੱਡੀ ਵਾਲੇ ਦਾ ਹਾਲ ਕੀ ਹੈ ਇਸ ਟਾਈਮ। ਦੂਜੇ ਪਾਸੇ ਕਾਂਗਰਸ ਮੁਖੀ ਰੰਜਨ ਕਾਮਰਾ ਨੇ ਪਾਰਟੀ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਇਸ ਮਾਮਲੇ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੇਰੇ ਖਿਆਲ ਇਹ ਗੱਲ ਨੂੰ ਮਿਸਲੀਡ ਕਰਨ ਵਾਸਤੇ ਸ਼ਾਇਦ ਕੁਛ ਹੈਗਾ, ਮੈਂ ਜ਼ਿਆਦਾ ਬਿਹਤਰ ਤਾਂ ਉਹ ਹੀ ਦੱਸ ਸਕਦੇ ਨੇ ਜਿਹਨਾਂ ਨੇ ਲਾਇਆ। ਪਰ ਟਰੱਕ ਯੂਨੀਅਨ ਪੰਜਾਬ ਸਰਕਾਰ ਨੇ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਲੀਡਰਸ਼ਿਪ ਨੇ, ਉਹਨਾਂ ਦੀ ਕੈਬਨਿਟ ਨੇ ਇਹਨੂੰ ਅਬੋਲਿਸ਼ ਕੀਤਾ ਹੋਇਆ,
ਔਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਾਨੂੰਨ ਦੇ ਉੱਪਰ ਹੋ ਕੇ ਆਪਦੇ ਨਿੱਜੀ ਸਵਾਰਥਾਂ ਵਾਸਤੇ ਕਾਨੂੰਨ ਵਿਵਸਥਾ ਖਰਾਬ ਕਰੇ। ਔਰ ਮਿਲਰਸ ਦੀ ਕੰਪਲੇਂਟ 'ਤੇ ਐਜ਼ ਪਰ ਲੋਅ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ, ਔਰ ਮੈਂ ਸਮਝਣਾ ਵੀ ਇਹਨਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਕੋਈ ਬੰਦਾ ਉੱਪਰ ਨਹੀਂ ਗਾ, ਔਰ ਕਾਨੂੰਨ ਦੀ ਮਰਿਆਦਾ ਨੂੰ ਰੱਖਦੇ ਹੋਏ ਇਹ ਸਾਰਿਆਂ ਨੂੰ ਸਰਕਾਰ ਦੇ ਜਿਹੜੇ ਅੱਛੇ ਫੈਸਲੇ ਨੇ ਉਹਨਾਂ 'ਤੇ ਸਹਿਯੋਗ ਪਾਉਣਾ ਚਾਹੀਦਾ, ਜਿਹੜੇ ਨਿੱਜੀ ਉੱਤੇ ਗਏ ਨੇ ਉਹਨਾਂ ਨੂੰ ਪਿੱਛੇ ਰੱਖਣਾ ਚਾਹੀਦਾ। ਉਹਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਤੁਹਾਡੇ ਵੱਲੋਂ ਜਿਹੜਾ ਪਾਰਟੀ ਨੂੰ ਦੋ ਫਾੜ ਕੀਤਾ ਜਾ ਰਿਹਾ ਹੈਗਾ ਪ੍ਰਧਾਨਗੀ ਦੇ ਵਿੱਚ ਰਹਿੰਦੇ ਸਰ। ਇਹ ਟਰੱਕ ਯੂਨੀਅਨ ਅਤੇ ਮਿਲਰਸ ਦਾ ਇਸ਼ੂ ਹੈਗਾ, ਇਹਦੇ ਵਿੱਚ ਪਾਰਟੀ ਦਾ ਕੋਈ ਮਸਲਾ ਹੀ ਨਹੀਂ ਗਾ, ਪਾਰਟੀ ਇੱਕਜੁੱਟ ਹੈ, ਇੱਕਜੁੱਟ ਰਹੇਗੀ। ਲੇਕਿਨ ਕੋਈ ਵੀ ਅਗਰ ਸ਼ਖਸ ਪਾਰਟੀ ਦੀ ਆੜ ਦੇ ਵਿੱਚ ਕੋਈ ਗਲਤ ਕੰਮ ਕਰਨਾ ਚਾਹੇਗਾ ਉਹਨੂੰ ਪਾਰਟੀ, ਸੀਐਮ ਸਾਹਿਬ, ਜਾਖੜ ਸਾਹਿਬ ਔਰ ਮੈਂ ਸਮਝਣਾ MLA ਸਾਹਿਬ ਵੀ ਉਹਨੂੰ ਸਪੋਰਟ ਨਹੀਂ ਕਰਦੇ। ਦੇਖੋ ਜੇ ਅਗਰ ਉਹਨਾਂ ਨੇ ਕੁਛ ਗਲਤ ਕੀਤਾ ਹੈ ਤਾਂ ਉਹਨਾਂ ਨੂੰ ਕਾਨੂੰਨ ਦੀ ਜਿਹੜੀ ਕਾਰਵਾਈ ਹੈ ਫੇਸ ਕਰਨੀ ਪੈਗੀ, ਅਤੇ ਜੇ ਉਹਨਾਂ ਨੇ ਗਲਤ ਨਹੀਂ ਕੀਤਾ ਤਾਂ ਫਿਰ ਉਹਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਸੀ। ਇਹ ਤਾਂ ਉਹ ਫੈਕਟਸ ਜਿਹੜੇ ਹੈਗੇ ਨੇ ਉਹ ਮਿਲਰਸ ਨੇ ਜਿਹੜੇ ਦਿੱਤੇ ਨੇ ਉਹ ਪੁਲਿਸ ਨੇ ਵੈਰੀਫਾਈ ਕਰਕੇ ਹੀ ਕੀਤਾ ਹੋਣਾ ਜੀ। ਦੱਸ ਦਈਏ ਕਿ ਫਾਜ਼ਿਲਕਾ ਦੇ ਟਰੱਕ ਯੂਨੀਅਨ ਦੇ ਮੁਖੀ ਨਿਯੁਕਤ ਕਰਨ ਲਈ ਰਸਮੀ ਰਿਵਾਜ਼ ਫਿਰੋਜ਼ਪੁਰ ਦੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਅਦਾ ਕੀਤਾ ਸੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਪੰਜਾਬ ਵਿੱਚ ਯੂਨੀਅਨ ਅਤੇ ਗੁਟਬੰਦੀ ਨਾ ਬਣਾਉਣ ਦੇ ਆਦੇਸ਼ ਜਾਰੀ ਕਰ ਚੁੱਕੇ ਨੇ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਚਾਰ ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156505 0585 'ਤੇ। ਥੈਂਕ ਯੂ।